ਆਪਾਂ ਪ੍ਰਿੰਟਡ ਡਰਾਫਟਸ ਦਿਖਾਵਾਂਗੇ ਜਿਹੜਾ ਪੰਜਾਬ ਦੇ ਅੰਦਰ ਹਿਮਾਚਲ ਜਾਂ ਜਿੰਨੇ ਵੀ ਸਾਡੇ ਲਾਗੇ ਤਾਗੇ ਏਰੀਆ ਹੈਗੇ ਉੱਧਰ ਕੋਈ ਨਹੀਂ ਕਿਉਂਕਿ ਇਸ ਟਾਈਮ ਇਹ ਟ੍ਰੈਂਡ ਸੈੱਟ ਹੋਣ ਵਾਲਾ ਵਾ ਮੈਨੂੰ ਪਤਾ ਵਾ ਪੰਜਾਬ ਦੇ ਵਿੱਚ ਕਿ ਇਹਦੀ ਫਿਰ ਕਿੰਨੀ ਕੁ ਲਾਈਫ ਹੁੰਦੀ ਹੈ ਜਾਂ ਕੀ ਹੁੰਦਾ ਜਿਹੜਾ ਅਸੀਂ ਇਹ ਰੈਪ ਕੀਤਾ ਸੀ ਬਕਾਇਦਾ ਇਹਦੀ ਕਾਪੀਰਾਈਟਡ ਇਮੇਜ ਪਰਚੇਸ ਕੀਤੀ ਜਿੱਦਾਂ ਹੁਣ ਇਹ ਡਿਜ਼ਾਈਨ ਖੁਦ ਬਣਾਇਆ ਗਿਆ ਜਾਂ ਪਿੱਛੋਂ ਹੀ ਆਉਂਦੇ ਆ ਜਾਂ ਆਪਣੀ ਮਰਜ਼ੀ ਦਾ ਡਿਜ਼ਾਈਨ ਬਣਵਾ ਵੀ ਸਕਦੇ ਆ ਕੀ ਅੰਦਾਜ਼ਾ ਕੋਸਟ ਆਉਂਦੀ ਹੈ ਇਹਦੀ ਰੈਪ 'ਚ ਤੇ ਪੇਂਟ 'ਚ ਕੀ ਫਰਕ ਆ ਤੁਹਾਨੂੰ ਅੱਗੇ ਅੱਗੇ ਅਸੀਂ ਨਾਲ ਗਾਈਡ ਕਰਾਂਗੇ ਇਹਦੇ ਅਲੋਇਜ਼ ਨੂੰ ਕੀ ਕਰਿਆ ਭਾਜੀ ਇਹ ਅਲੋਇਜ਼ ਜਿਹੜੇ ਹੈਗੇ ਆ ਭਾਜੀ ਸਭ ਤੋਂ ਪਹਿਲੇ ਤੇ ਸੈਟਨ ਵਾਈਟ ਰੈਪਡ ਹੈ ਠੀਕ ਹੈ ਪਲੱਸ ਇਹਦੇ ਪ੍ਰੀਵੀਅਸਲੀ ਜਿਹੜੇ ਓਨਰ ਸੀ ਉਹ ਸੀ ਸਲਮਾਨ ਖਾਨ ਧਿਆਨ ਵੀ ਰੱਖਣਾ ਪਊਗਾ ਕੱਪੜਾ ਨਹੀਂ ਮਾਰਨਾ ਜਾਂ ਧੋਣੀ ਕਿੱਦਾਂ ਹੁਣ ਜਿਵੇਂ ਇਹਦਾ ਰੈਪ ਫਟ ਗਿਆ ਇਹਦਾ ਫਟ ਗਿਆ ਹਾਂ ਤੇ ਕਰ ਰਹੇ ਸੀ ਕਿ ਪ੍ਰਿੰਟਡ ਰੈਪ ਔਰ ਸਟਿਕਰਿੰਗ ਦੇ ਅੰਦਰ ਕੀ ਫਰਕ ਹੈ ਤੇ ਇਹ ਸਾਰੀ ਸਟਿਕਰਿੰਗ ਹੋਈ ਹੋਈ ਹੈ ਲੋ ਵੀ ਦੋਸਤੋ ਅਸੀਂ ਫਾਈਨਲੀ ਪਹੁੰਚ ਗਏ ਹਾਂ ਬਾਈ ਨੇ ਸਾਡੇ ਹੌਂ ਤੱਕ ਤਿਆਰੀ ਕਰਕੇ ਰੱਖੀ ਹੋਈ ਹੈ ਗੱਡੀਆਂ ਲੱਗੀਆਂ ਹੋਈਆਂ ਨੇ ਤੁਹਾਨੂੰ ਦਿਖਾਵਾਂਗੇ ਅੱਜ ਵਿੱਚ ਕੀ ਕੀ ਖਾਸ ਹੋਇਆ ਹੋਇਆ ਕਿੱਦਾਂ ਹਾਂਜੀ ਵੀ ਦੋਸਤੋ ਕੀ ਹਾਲ ਚਾਲ ਨੇ ਮੀਦਾ ਸਾਰੇ ਵਧੀਆ ਹੋਣਗੇ ਮੈਂ ਹੈਗਾ ਦਿਆਕਰਨ ਤੁਸੀਂ ਦੇਖ ਰਹੇ ਹੋ ਦਿਆਕਰਨ ਵਲੌਗਸ ਮੈਂ ਤੁਹਾਡੇ ਵਾਸਤੇ ਬਹੁਤ ਸਾਰੇ ਟਰੈਵਲ ਵਲੌਗਸ ਆਟੋਮੋਬਾਈਲ ਵਲੌਗਸ ਤੋਂ ਨਵੇਂ ਨਵੇਂ ਗੱਡੀਆਂ ਦੇ ਲਾਂਚ ਲੈ ਕੇ ਆਉਂਦਾ ਰਹਿਣਾ ਅੱਜ ਕੁਝ ਤੁਹਾਡੇ ਵਾਸਤੇ ਲੈ ਕੇ ਆਏ ਆ ਆਫਟਰ ਮਾਰਕੀਟ ਹਨਾ ਇਦਾਂ ਹੀ ਆ ਕਿਉਂਕਿ ਇਹ ਵੈਸੇ ਗੱਲ ਪਹਿਲਾਂ ਹੀ ਕਲੀਅਰ ਕਰ ਦਿੰਦਾ ਵੀਡੀਓ ਸ਼ੁਰੂ ਤੋਂ ਪਹਿਲਾਂ ਵੀ ਇਹ ਲੀਗਲ ਨਹੀਂ ਜੇ ਹੈਗਾ ਇਹਦੇ 'ਚ ਕੁਛ ਵੀ ਜਿਹੜੀ ਤੁਸੀਂ ਅੱਜ ਵੀਡੀਓ ਦੇਖਣ ਵਾਲੇ ਹੋ ਇਹ ਤੁਹਾਡਾ ਸ਼ੌਂਕ ਹੈ ਆਪਣੀ ਸਰਦਰਦੀ ਤੇ ਕਰਾਇਓ ਮੈਂ ਕੋਈ ਜ਼ਿੰਮੇਵਾਰੀ ਨਾ ਬਾਈ ਜ਼ਿੰਮੇਵਾਰ ਹੈ ਚੀਜ਼ ਕਰਨ ਦਾ ਫਿਲਹਾਲ ਮੈਂ ਖੜਾ ਮੋਹਾਲੀ ਤੇ ਇਹ ਰੈਪ ਹੈਗਾ ਵੈਸੇ ਇਹਨੂੰ ਕਿਹੜੇ ਰੈਪ ਕਹਿੰਦੇ ਆ ਕੀ ਕਹਿੰਦੇ ਆ ਬਾਈ ਦੱਸੂਗਾ ਬਾਈ ਥੋੜਾ ਜਿਹਾ ਆਪਣੇ ਬਾਰੇ ਪਹਿਲਾਂ ਦੱਸ ਦਿਓ ਠੀਕ ਹੈ ਜੀ ਭਾਜੀ ਮੇਰਾ ਨਾਮ ਹੈ ਸਪੀਡੀ ਸਿੰਘ ਐਂਡ ਬਹੁਤ ਸਾਰੇ ਲੋਕ ਆਲਰੇਡੀ ਜਾਣਦੇ ਹੋਣਗੇ ਬਾਈ ਦਾ ਆਪਦਾ ਚੈਨਲ ਵੀ ਹੈਗਾ ਹਾਂ ਤੇ ਇਹ ਸਾਡੀ ਵਰਕਸ਼ਾਪ ਹੈ ਸਟੀਅਰਐਕਸ ਆਟੋਮੋ ਮੋਹਾਲੀ ਵਿੱਚ ਬੇਸਡ ਆ ਅਸੀਂ ਤੇ ਅਸੀਂ ਜਿਹੜੇ ਅੱਧਰ ਸਰਵਿਸਿਜ਼ ਦੇ ਰਹੇ ਆ ਅਸੀਂ ਬੇਸਿਕਲੀ ਰੈਪਿੰਗ PPF ਡੀਟੇਲਿੰਗ ਮਕੈਨੀਕਲ ਜੌਬਸ ਨਹੀਂ ਕਰਦੇ ਇਸ ਕਰਕੇ ਅੱਜ ਜਿਹੜਾ ਵਲੌਗ ਹੋਣ ਵਾਲਾ ਹੈ ਸਾਰਾ ਤੁਹਾਨੂੰ ਦਿਖਾਵਾਂਗੇ ਰੈਪਿੰਗ ਦੇ ਉੱਤੇ ਤੇ ਕਿਹੜਾ ਰੈਪ ਹੈ ਤੇ ਪਹਿਲਾਂ ਦੱਸ ਦਿੰਦਾ ਇਹ ਵੀਡੀਓ ਅਸੀਂ ਥੋੜੀ ਲੇਟ ਸ਼ੂਟ ਕਰ ਰਹੇ ਹਾਂ ਕਿਉਂਕਿ ਇਹ ਤੋਂ ਜਿਹੜੀ ਪਹਿਲਾਂ ਵੀਡੀਓ ਬਣਾਈ ਹੋਈ ਹੈ ਸੀ ਪਹਿਲਾਂ ਕਿਉਂਕਿ ਉਦਣ ਇਹ ਮਸਟੈਂਗ ਸਾਡੀ ਅਵੇਲੇਬਲ ਨਹੀਂ ਸੀਗੀ ਤੇ ਅੱਜ ਅਵੇਲੇਬਲ ਆ ਫਿਰ ਮੈਂ ਕਿਹਾ ਚਲੋ ਕਿਉਂ ਨਹੀਂ ਹੈ ਕਿਉਂਕਿ ਇਹ ਅਟਰੈਕਟਿਵ ਤੁਹਾਡਾ ਮੇਨ ਮੁੱਦਾ ਸੀਗਾ ਵੀ ਰੈਪ ਸੇ ਕਿੱਥੋਂ ਹੁੰਦੇ ਕਿਉਂਕਿ ਦਿੱਲੀ ਤੋਂ ਥੱਲੇ ਹੁੰਦੇ ਨਹੀਂ ਸੀਗੇ ਤੁਹਾਡੀ ਮਰਜ਼ੀ ਦੇ ਰੈਪ ਹੋ ਸਕਦੇ ਹੁਣ ਬਾਈ ਮੈਨੂੰ ਇਹ ਦੱਸੋ ਵੀ ਕਿਹੜਾ ਰੈਪ ਹੈ ਇਹ 'ਚ ਕੀ ਖਾਸ ਹੈ ਤੇ ਇਹ ਲਾਈਕ ਇਕੱਲਾ ਇਦਾਂ ਦਾ ਪ੍ਰਿੰਟਿੰਗ ਰੈਪ ਹੀ ਹੋ ਸਕਦਾ ਜਾਂ ਫੋਟੋ ਵਗੈਰਾ ਕੀ ਕੀ ਲੱਗ ਸਕਦਾ ਠੀਕ ਹੈ ਭਾਜੀ ਤੇ ਭਾਜੀ ਇਹ ਜਿਹੜਾ ਰੈਪ ਹੈਗਾ ਇਹ ਫੁੱਲ ਬਾਡੀ ਕਸਟਮਾਈਜ਼ ਪ੍ਰਿੰਟਡ ਰੈਪ ਹੈ ਠੀਕ ਹੈ ਜਿਹੜਾ ਅਸੀਂ ਇਹ ਰੈਪ ਕੀਤਾ ਸੀ ਬਕਾਇਦਾ ਇਹਦੀ ਕਾਪੀਰਾਈਟਡ ਇਮੇਜ ਪਰਚੇਜ਼ ਕੀਤੀ ਹੈ ਉਸ ਤੋਂ ਬਾਅਦ ਉਹਨੂੰ ਗੱਡੀ ਦੇ ਉੱਤੇ ਪੂਰਾ ਡਿਜ਼ਾਈਨ ਕਰਕੇ ਉਸ ਤੋਂ ਬਾਅਦ ਅਸੀਂ ਇਹਨੂੰ ਪ੍ਰਿੰਟ ਕਰਵਾਇਆ ਪ੍ਰਿੰਟ ਕਰਵਾਉਣ ਤੋਂ ਬਾਅਦ ਇਹਨੂੰ ਇਹਦੇ ਉੱਤੇ ਅਪਲਾਈ ਕੀਤਾ ਹੁਣ ਤੁਹਾਨੂੰ ਦਿਖਾਵਾਂਗੇ ਇਹ ਚੀਜ਼ ਕਿਸੇ ਦੀ ਕੋਈ ਇਨਕੁਆਇਰੀ ਜਾਂ ਡਿਟੇਲ ਹੋਵੇ ਤੁਸੀਂ ਚੱਲ ਦਿਓ ਨੰਬਰ 'ਤੇ ਕਾਲ ਕਰ ਸਕਦੇ ਹੋ ਤਾਂ ਉਹ ਕਰਦੇ ਹਾਂ ਵਲੌਗ ਸ਼ੁਰੂ ਤੇ ਗੱਡੀਆਂ ਬਹੁਤ ਸਾਰੀਆਂ ਅੱਜ ਰੈਪ ਵਾਲੀਆਂ ਦਿਖਾਉਣ ਵਾਲੀਆਂ ਅੱਗੇ ਕੰਟੀਨਿਊਸਲੀ ਜ਼ਰੂਰ ਵੇਖੋ ਅਤੇ ਇਹ ਮੇਨ ਮੈਨੂੰ ਵੀ ਬਹੁਤ ਪਸੰਦ ਆਈ ਸੀ ਜੋ ਬਾਈ ਨੇ ਸਟੋਰੀ ਪਾਈ ਸੀਗੀ ਅਤੇ ਉਦੋਂ ਸਾਡੇ ਕੋਲ ਮਿਸ ਹੋ ਗਈ ਸੀ ਫਿਰ ਸਪੈਸ਼ਲ ਇਹਦੇ ਕਰਕੇ ਵਲੌਗ ਅਸੀਂ ਲੇਟ ਕੀਤਾ ਫਾਈਨਲੀ ਪਹਿਲੀ ਤਾਂ ਗੱਲ ਹੈ ਮਸਟੈਂਗ ਹੈ ਮਸਟੈਂਗ ਸਾਰਿਆਂ ਨੂੰ ਪਤਾ ਵਾ ਕੀ ਹੈ ਹਰੇਕ ਦੀ ਇਹ ਮਤਲਬ ਚਾਹੁੰਦਾ ਬੰਦਾ ਕਿ ਹਰੇਕ ਬੰਦੇ ਕੋਲ ਹੋਵੇ ਪਰ ਇਹ ਬੜੀ ਵੱਡੀ ਗੱਲ ਹੈ ਅਤੇ ਇਹ ਜਿਹੜੀਆਂ ਗੱਡੀਆਂ ਨੇ ਇਹਨਾਂ ਉੱਤੇ ਰੈਪਸ ਵੀ ਬੜੇ ਸੋਹਣੇ ਲੱਗਦੇ ਆ ਹਨਾ ਅਤੇ ਇਹ ਰੈਪ ਤੁਸੀਂ ਦੇਖ ਸਕਦੇ ਹੋ ਪਹਿਲੀ ਤਾਂ ਗੱਲ ਹੈ ਕਿ ਇਹਨੂੰ ਕਿਹੜਾ ਰੈਪ ਕਿਹੜੀ ਕੁਆਲਿਟੀ ਹੁੰਦੀ ਹੈ ਜਾਂ ਇਹ ਕਿੱਦਾਂ ਦਾ ਰੈਪ ਹੋ ਸਕਦਾ ਹੋਰ ਭਾਜੀ ਇਹ ਪ੍ਰਿੰਟਡ ਰੈਪ ਹੋ ਗਿਆ ਇਹ ਪ੍ਰਿੰਟਡ ਰੈਪ ਹੁੰਦਾ ਤੇ ਬੇਸਿਕਲੀ ਇਹ ਜਿਹੜਾ ਰੈਪ ਹੈਗਾ ਐਵਰੀ ਡੈਨਿਸਨ ਇੱਕ ਬ੍ਰਾਂਡ ਹੈ ਉਹਦੀ ਪ੍ਰਿੰਟੇਬਲ ਸੀਰੀਜ਼ ਆਉਂਦੀ ਹੈ ਉਹਦੇ ਉੱਤੇ ਰੈਪ ਹੁੰਦਾ ਹੈ ਮਤਲਬ ਪ੍ਰਿੰਟਿੰਗ ਉਹਦੇ ਉੱਤੇ ਹੁੰਦੀ ਹੈ ਫਿਰ ਐਪਲੀਕੇਸ਼ਨ ਹੁੰਦੀ ਹੈ ਕਾਰ ਦੇ ਉੱਤੇ ਠੀਕ ਹੈ ਤੇ ਵੈਸੇ ਜਿਹੜਾ ਕਿ ਇਹ ਡਿਜ਼ਾਈਨ ਖੁਦ ਬਣਾਇਆ ਗਿਆ ਜਾਂ ਪਿੱਛੋਂ ਹੀ ਆਉਂਦੇ ਆ ਜਾਂ ਆਪਣੀ ਮਰਜ਼ੀ ਦਾ ਡਿਜ਼ਾਈਨ ਬਣਵਾ ਵੀ ਸਕਦੇ ਆ ਇਹ ਭਾਜੀ ਇਹਦੀ ਸਟੋਰੀ ਥੋੜੀ ਐਵੇਂ ਦੀ ਹੈ ਕਿ ਜਸਟ ਮੈਂ ਕਸਟਮਰ ਨੂੰ ਸਵਾਈਪ ਡਾਊਨ ਕਰਕੇ ਦਿਖਾਇਆ ਕਿ ਦੇਖੋ ਐਵੇਂ ਦੀ ਗੱਡੀ ਹੈਗੀ ਇੱਕ ਮਸਟੈਂਗ ਔਰ ਅਮਰੀਕਾ ਦੇ ਅੰਦਰ ਠੀਕ ਹੈ ਤੇ ਉਹਨਾਂ ਨੇ ਮੈਨੂੰ ਦੇਖਦੇ ਗਿਆ ਗਾੜੀ ਤਾਂ ਐਸੀ ਬਣੇਗੀ ਮੈਂ ਕਿਹਾ ਠੀਕ ਹੈ ਜੀ ਤੇ ਅਸੀਂ ਉਹਦੇ ਵਾਸਤੇ ਕਾਪੀਰਾਈਟਡ ਇਮੇਜ ਪਰਚੇਜ਼ ਕੀਤੀ ਇਹਦੇ ਪਹਿਲੇ ਪਰਚੇਸ ਕਰਕੇ ਇਸ ਗੱਡੀ ਨੂੰ ਪੂਰਾ ਮਤਲਬ ਅਸੀਂ ਸਕੁਆਇਰ ਫਿੱਟ ਦੇ ਹਿਸਾਬ ਨਾਲ ਇਹਦੀ ਮੇਜ਼ਰਮੈਂਟ ਕਰਦੇ ਹਾਂ ਮੇਜ਼ਰ ਕਰਕੇ ਇਹਨੂੰ ਉਸ ਗੱਡੀ ਦੇ ਉੱਤੇ ਫੋਟੋਸ਼ਾਪ ਤੇ ਅਪਲਾਈ ਕਰਕੇ ਅਪਲਾਈ ਕਰਨ ਤੋਂ ਬਾਅਦ ਡਿਜ਼ਾਈਨ ਪ੍ਰਿੰਟ ਕਰਾ ਕੇ ਪ੍ਰਿੰਟ ਹੋਣ ਤੋਂ ਬਾਅਦ ਜਿੰਨਾ ਰੈਪ ਹੈਗਾ ਪੀਸਿਸ ਵਿੱਚ ਆਉਂਦਾ ਹੈ ਜਿਵੇਂ ਬੋਨਟ ਡਿੱਗੀ ਰੂਫ ਦਾ ਅਲੱਗ ਆਇਆ ਹੈ ਬੰਪਰਸ ਦਾ ਅੱਗੇ ਪਿੱਛੇ ਅਲੱਗ ਆਇਆ ਹੈ ਤੇ ਇਹ ਜਿਹੜੀ ਸਾਈਡ ਹੈਗੀ ਹੈ ਪੂਰੀ ਇਹ ਸਿੰਗਲ ਸ਼ੀਟ ਦੇ ਅੰਦਰ ਆਉਂਦੀ ਹੈ ਤੇ ਐਪਲੀਕੇਸ਼ਨ ਫਰੋਮ ਫੈਂਡਰ 2 ਕੁਆਟਰ ਪੈਨਲ ਸਿੰਗਲ ਪੀਸ ਦੇ ਅੰਦਰ ਹੁੰਦੀ ਹੈ ਕਿਉਂਕਿ ਬਹੁਤ ਹੀ ਸੋਹਣੀ ਚੀਜ਼ ਆ ਤੇ ਵੈਸੇ ਸ਼ੌਂਕ ਵਾਲੀਆਂ ਚੀਜ਼ਾਂ ਨੇ ਬਾਈ ਤੁਸੀਂ ਦੇਖ ਸਕਦੇ ਹੋ ਹੈਂਡਲਸ ਤੱਕ ਪ੍ਰੋਪਰ ਉਦਾਂ ਹੀ ਜਾ ਰਹੇ ਨੇ ਡਿਜ਼ਾਈਨ ਰੂਫ ਸਾਰੀ ਇਹਦੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੁਹਾਨੂੰ ਬੈਕ ਤੋਂ ਵੀ ਦਿਖਾ ਦਿੰਦੇ ਹਾਂ ਗੱਡੀ ਸਾਰੀ ਇਹ ਤੁਸੀਂ ਬੈਕ ਤੋਂ ਦੇਖ ਸਕਦੇ ਮਤਲਬ ਲਾਈਕ ਵੀ ਪੂਰੀ ਚੱਕਵੀਂ ਚੀਜ਼ ਹੈ ਦੋਸਤੋ ਵੈਸੇ ਤਾਂ ਇਹ ਤੁਸੀਂ ਸਾਰੀ ਗੱਡੀ ਦੇਖੀ ਹੈ ਹਨਾ ਅੱਗੇ ਵੀ ਤੁਹਾਨੂੰ ਹੋਰ ਵੀ ਦਿਖਾਵਾਂਗੇ ਹੁਣ ਮੇਨ ਮੁੱਦਾ ਆ ਜੇ ਗੱਲ ਹਨਾ ਇੱਥੇ ਫੋਟੋ ਵੀ ਬਣ ਸਕਦੀ ਤਾਂ ਸਿੱਧੂ ਬਾਈ ਦੀ ਬਣ ਜਾਏ ਜਾਂ ਕਿਸੇ ਦੀ ਵੀ ਹਨਾ ਐਨੀਥਿੰਗ ਕੁਝ ਵੀ ਬਣਵਾ ਸਕਦੇ ਆ ਮਤਲਬ ਦੁਨੀਆ ਦੀ ਇੱਦਾਂ ਦੀ ਕੋਈ ਚੀਜ਼ ਨਹੀਂ ਜਿਹੜੀ ਪ੍ਰਿੰਟ ਨਹੀਂ ਹੋ ਸਕਦੀ ਨਹੀਂ ਹੋ ਸਕਦੀ ਇਹ ਉੱਡਦਾ ਤੇ ਨਹੀਂ ਫੇਕ ਤੇ ਨਹੀਂ ਫੇਡ ਤੇ ਨਹੀਂ ਹੋ ਜਾਂਦਾ ਜਾਂ ਕੁਝ ਹਾਂ ਇਹਦੇ ਤੇ ਇੱਕ ਹੋਰ
ਠੀਕ ਹੈ ਤੇ ਫਿਰ ਹੋਰ ਕਾਸਟ ਵੱਧ ਜਾਂਦੀ ਹੋਣੀ ਕਾਸਟ ਵੱਧ ਜਾਏਗੀ ਬਟ ਐਟ ਦ ਸੇਮ ਟਾਈਮ ਜਿਹੜੀ ਲਾਈਫ ਹੈ ਉਹ ਵੱਧ ਜਾਏਗੀ ਔਰ ਗੱਡੀ ਦੀ ਸ਼ਾਈਨ ਹੋਰ ਜ਼ਿਆਦਾ ਇਨਕਰੀਜ਼ ਹੋ ਜਾਏਗੀ ਤੇ ਪਰ ਹੁਣ ਇੱਕ ਗੱਲ ਇਹ ਦੱਸੋ ਵੈਸੇ ਕਿ ਇਹ ਰੈਪ ਜਿਹੜਾ ਵਾ ਕਿੰਨਾ ਕੁ ਟਾਈਮ ਲੱਗਦਾ ਵਾ ਇੱਦਾਂ ਦਾ ਕੁਛ ਆਈਡੀਆ ਹੋਵੇ ਤੋ ਕਿੰਨੇ ਚਿਰ 'ਚ ਪ੍ਰਿੰਟ ਹੋ ਕੇ ਆ ਜਾਂਦਾ ਅਤੇ ਕਿੰਨਾ ਟਾਈਮ ਲੱਗਦਾ ਇਹਨੂੰ ਕਰਨ ਨੂੰ ਅਤੇ ਕੀ ਇਹਦੀ ਕੋਸਟਿੰਗ ਆਉਂਦੀ ਹੈ ਭਾਅ ਜੀ ਇਹ ਜਿਹੜਾ ਪੂਰਾ ਪ੍ਰੋਸੈਸ ਹੈ 5 to 7 ਡੇਜ਼ ਦਾ ਹੈਗਾ ਵਿਦ ਪ੍ਰਿੰਟਿੰਗ ਵਿਦ ਡਿਜ਼ਾਇਨਿੰਗ ਵਿਦ ਐਪਲੀਕੇਸ਼ਨ ਸਾਰਾ ਕੁਛ ਕਰਕੇ ਅਤੇ ਕੀ ਅੰਦਾਜ਼ਾ ਕੋਸਟ ਆਉਂਦੀ ਹੈ ਇਹਦੀ ਭਾਅ ਜੀ ਇਹਦੀ ਲਗਭਗ ਕੋਸਟ ਚਲੇ ਜਾਏਗੀ 1,35,000-40,000 ਦੇ ਆਸ ਪਾਸ ਬਾਤ ਹੈ ਅਤੇ ਇਹ ਅਪਲਾਈ ਕਰਨ ਨੂੰ ਕਿੰਨਾ ਟਾਈਮ ਲੱਗਦਾ ਇੱਕ ਦਿਨ ਜਾਂ ਵੱਧ ਲੱਗ ਜਾਂਦਾ 2 to 3 ਲੱਗਦੇ ਹੈ ਜਿਵੇਂ ਮਸਟੈਂਗ ਮਤਲਬ ਬੇਸਿਕਲੀ ਅਸੀਂ ਇਹ ਕਹਾਂਗੇ ਕਿ ਇਹਦੇ ਜ਼ਿਆਦਾ ਕਰਵਸ ਕੱਟਸ ਨਹੀਂ ਹੈਗੇ ਤਾਂ ਜਲਦੀ ਹੋ ਜਾਂਦੀ ਹੈ ਅਗਰ ਅਸੀਂ ਸਭ ਤੋਂ ਮੁਸ਼ਕਿਲ ਗੱਡੀ ਦੀ ਗੱਲ ਕਰੀਏ ਤਾਂ ਜੀ ਵੈਗਨ ਸਭ ਤੋਂ ਮੁਸ਼ਕਿਲ ਗੱਡੀ ਮੁਸ਼ਕਿਲ ਵੈਗਨ ਠੀਕ ਹੈ ਤੇ ਇਹ ਜੇ ਪੀਪੀਐਫ 'ਚ ਕਰਾਉਣੀ ਹੋਵੇ ਤਾਂ ਫਿਰ ਕਿੰਨੇ ਕੁ ਦੀ ਹੁੰਦੀ ਹੈ ਪੀਪੀਐਫ ਦੇ ਉੱਤੇ ਨਹੀਂ ਵੈਸੇ ਇਕੱਲੀ ਪੀਪੀਐਫ ਹੀ ਅਗਰ ਪੀਪੀਐਫ ਅਗਰ ਕਰਵਾਉਣੀ ਹੈ ਮਸਟੈਂਗ ਵਾਸਤੇ ਸਾਡੇ ਕੋਲ ਪੀਪੀਐਫ ਅਪਰੋਕਸੀਮੇਟਲੀ 75,000 ਤੋਂ ਸ਼ੁਰੂ ਹੋ ਜਾਂਦੀ ਹੈ 5-year ਵਾਰੰਟੀ ਦੇ ਨਾਲ ਠੀਕ ਹੈ ਤੇ ਬਾਕੀ ਇਹ ਸ਼ੌਂਕ ਨੇ ਬਾਈ ਬਾਕੀ ਨੇ ਅਗਲੀਆਂ ਗੱਡੀਆਂ ਦਿਖਾਵਾਂਗੇ ਉਹ ਤੁਹਾਡੀਆਂ ਲੋਡ ਵਾਲੀਆਂ ਨੇ ਇਸ ਕਰਕੇ ਅੱਗੇ ਕੰਟੀਨਿਊਸਲੀ ਵਲੌਗ ਦੇਖ ਲਿਓ ਹੋਰ ਕੀ ਕਰਦੇ ਆ ਕੀ ਕੰਡੀਸ਼ਨ ਹੈ ਕੀ ਪ੍ਰਾਈਸਿੰਗ ਹੈ ਸਾਰੀ ਦੇਖਦੇ ਆ ਇਸ ਕਰਕੇ ਸਿਰਫ ਅੱਜ ਅਸੀਂ ਐਕਸਟਰਾ ਸ਼ੂਟ ਕੀਤਾ ਇਹਦੇ ਲਈ ਮੇਨ ਮਤਲਬ ਫੋਕਸ ਹੈਗਾ ਦੈਟ ਇਜ਼ ਔਨ ਪ੍ਰਿੰਟਡ ਰੈਪਸ ਓਕੇ ਆਪਾਂ ਪ੍ਰਿੰਟਡ ਰੈਪਸ ਦਿਖਾਵਾਂਗੇ ਜਿਹੜਾ ਪੰਜਾਬ ਦੇ ਅੰਦਰ ਹਿਮਾਚਲ ਜਾਂ ਜਿੰਨੇ ਵੀ ਸਾਡੇ ਲਾਗੇ ਤਾਗੇ ਏਰੀਆ ਹੈਗਾ ਉੱਧਰ ਕੋਈ ਨਹੀਂ ਕਰਦਾ ਕੋਈ ਨਹੀਂ ਕਰਦਾ ਇਹ ਗੱਲ ਪੱਕੀ ਆ ਬਈ ਕਿਉਂਕਿ ਬਹੁਤ ਸਾਰੇ ਵੀਰ ਭਰਾ ਮੈਨੂੰ ਪੁੱਛਦੇ ਹੁੰਦੇ ਆ ਮੈਂ ਦਿੱਲੀ ਭੇਜਦਾ ਨਾ ਪਰ ਤੁਹਾਨੂੰ ਦਿੱਲੀ ਜਾਣ ਦੀ ਲੋੜ ਨਹੀਂ ਤੁਹਾਨੂੰ ਮੋਹਾਲੀ ਆਉਣ ਦੀ ਲੋੜ ਹੈ ਦੱਸ ਪਹਿਲੀ ਤਾਂ ਗੱਲ ਆ ਬਈ ਇਹ ਸਵਿਫਟ ਤੋਂ ਸ਼ੁਰੂ ਕਰਦੇ ਆ ਵੈਸੇ ਕਿਉਂਕਿ ਇਸ ਟਾਈਮ ਇਹ ਟ੍ਰੈਂਡ ਸੈੱਟ ਹੋਣ ਵਾਲਾ ਵਾ ਮੈਨੂੰ ਪਤਾ ਵਾ ਪੰਜਾਬ ਦੇ ਵਿੱਚ ਤੇ ਆਪਾਂ ਬਾਈ ਇੱਥੋਂ ਸ਼ੁਰੂ ਕਰ ਲਈਏ ਇਹ ਕੀ ਕੀਤਾ ਹੈ ਤੇ ਸਾਰੀ ਗੱਡੀ ਰੈਪ ਆ ਜਾਂ ਇਹ ਕੀ ਹੈ ਚੀਜ਼ ਕੀ ਹੈ ਵੈਸੇ ਠੀਕ ਹੈ ਭਾਜੀ ਭਾਜੀ ਜਿਹੜਾ ਇਹਦੇ ਤੇ ਰੈਪ ਹੋਇਆ ਹੋਇਆ ਹੈ ਨਾ ਇਹ ਡਿਜ਼ਾਈਨਰ ਕਸਟਮ ਪ੍ਰਿੰਟਡ ਰੈਪ ਬੋਲਦੇ ਆ ਅਸੀਂ ਇਹਨੂੰ 2 ਫਿਨਿਸ਼ ਦੇ ਅੰਦਰ ਆਉਂਦਾ ਮੈਟ ਤੇ ਗਲੋਸੀ ਇਹਦੇ ਅੰਦਰ ਜਿਹੜਾ ਪੈਟਰਨ ਹੈਗਾ ਅਸੀਂ ਕੋਈ ਵੀ ਪੈਟਰਨ ਬਣਵਾ ਸਕਦੇ ਹਾਂ ਜ਼ਰੂਰੀ ਨਹੀਂ ਹੈ ਕਿ ਮਨੀ ਹਾਈਸਟ ਹੀ ਬਣਵਾਉਣਾ ਜਾਂ ਇੱਦਾਂ ਦਾ ਕੋਈ ਥੀਮ ਬਣਵਾਉਣਾ ਹੈ ਇਹਦੇ ਅੰਦਰ ਕੋਈ ਵੀ ਪੈਟਰਨ ਬਣ ਸਕਦਾ ਹੈ ਈਵਨ ਅੱਜ ਕੱਲ੍ਹ ਸਿੱਧੂ ਭਾਅ ਜੀ ਬਹੁਤ ਟ੍ਰੈਂਡਿੰਗ 'ਚ ਹੈਗੇ ਆ ਅਗਰ ਕਿਸੇ ਦਾ ਬਹੁਤ ਜ਼ਿਆਦਾ ਉਹਨਾਂ ਵੱਲ ਮਤਲਬ ਲਗਾਵ ਹੈਗਾ ਤਾਂ ਅਸੀਂ ਉਹਨਾਂ ਦੀ ਫੋਟੋ ਵੀ ਐਵੇਂ ਹੀ ਪ੍ਰਿੰਟ ਕਰ ਸਕਦੇ ਜਿਵੇਂ ਤੁਹਾਨੂੰ ਨਜ਼ਰ ਆ ਰਿਹਾ ਅਤੇ ਇੱਕ ਖਾਸ ਚੀਜ਼ ਹੈਗੀ ਇਹਦੇ ਅੰਦਰ ਅਗਰ ਤੁਸੀਂ ਇੱਧਰ ਦੇਖੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਪੇਂਟ ਦੇ ਅੰਦਰ ਹੀ ਇਹ ਜਾ ਰਿਹਾ ਪੂਰਾ ਪ੍ਰੋਪਰ ਇਹ ਇਸ ਕਰਕੇ ਪੂਰਾ ਰੈਪ ਜਿਹੜਾ ਹੈਗਾ ਮਰਜਡ ਰੈਪ ਹੁੰਦਾ ਹੈ ਪ੍ਰਿੰਟਡ ਰੈਪ ਬਈ ਇੱਥੇ ਇੱਕ ਗੱਲ ਮੈਨੂੰ ਪਹਿਲਾਂ ਕਲੀਅਰ ਕਰਿਓ ਰੈਪ ਜਿੱਦਾਂ ਹੁਣ ਇਹ ਸਟਿੱਕਰਸ ਨੇ ਸਟਿੱਕਰਸ ਕਹਿ ਲਈਏ ਜਾਂ ਕੀ ਕਹਿ ਸਕਦੇ ਨਹੀਂ ਭਾਜੀ ਸਟਿੱਕਰ ਹੁੰਦੇ ਅਲੱਗ ਚੀਜ਼ ਇਹ ਪ੍ਰੋਪਰ ਰੈਪ ਹੈ ਸਿੰਗਲ ਸ਼ੀਟ ਹੈਗੀ ਹੈ ਪੂਰੀ ਇਹਦੇ ਤੇ ਕੋਈ ਵੀ ਕੱਟ ਨਹੀਂ ਹੈਗਾ ਕੁਛ ਨਹੀਂ ਹੈਗਾ ਨਹੀਂ ਤੇ ਇੱਕ ਇੱਥੇ ਲਈ ਤਾਂ ਹੁੰਦੀ ਫੋਟੋ ਦੀ ਗੱਲ ਕੀਤੀ ਆ ਹਨਾ ਜਾਂ ਲਾਈਕ ਇਹਦੇ ਤੇ ਹੋਰ ਆਪਣੇ ਕੋਲ ਡਿਜ਼ਾਈਨ ਆਲਰੇਡੀ ਅਵੇਲੇਬਲ ਹੁੰਦੇ ਆ ਜਾਂ ਕੋਈ ਆਪਣੀ ਫੋਟੋ ਵੀ ਚਾਹੇ ਉਹ ਵੀ ਛਪਵਾ ਸਕਦਾ ਜੋ ਮਰਜ਼ੀ ਚਾਹੋ ਤੁਸੀਂ ਛਪਵਾ ਸਕਦੇ ਜੋ ਮਰਜ਼ੀ ਹੈ ਨਾ ਕੋਈ ਬ੍ਰਾਂਡ ਦਾ ਜਾਂ ਕਿਸੇ ਦਾ ਕੁਛ ਵੀ ਕਰਾਉਣਾ ਕੁਛ ਵੀ ਹੋ ਸਕਦਾ ਹੈ ਨਾ ਇਹ ਵੀ ਚੀਜ਼ ਬਾਈ ਤੁਹਾਨੂੰ ਮੈਂ ਤਾਂ ਹੀ ਕਲੀਅਰ ਕਰਦੀ ਹੈ ਪਹਿਲਾਂ ਹੀ ਤੇ ਹੁਣ ਪਹਿਲੀ ਗੱਲ ਇਹ ਦੱਸੋ ਵੀ ਇਹ ਕਿਹੜਾ ਹੈ ਮੈਟ ਰੈਪ ਹੈ ਇਹ ਮੈਟ ਰੈਪ ਹੈਗਾ ਓਕੇ ਇਹਦੀ ਜਿਹੜੀ ਐਪਲੀਕੇਸ਼ਨ ਹੁੰਦੀ ਹੈ ਨਾਰਮਲ ਰੈਪਸ ਤੋਂ ਅਲੱਗ ਹੁੰਦੀ ਹੈ ਹੁਣ ਇੱਕ ਚੀਜ਼ ਇਹਦੇ ਅੰਦਰ ਦੇਖਣ ਵਾਲੀ ਹੈ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਨਾ ਨੀਚੇ ਹਾਂ ਇਹ ਗੱਡੀ ਦਾ ਕਲਰ ਹੈਗਾ ਸਾਰਾ ਅੱਛਾ ਇਹ ਗੱਡੀ ਦਾ ਕਲਰ ਆ ਰਿਹਾ ਨੀਚੇ ਠੀਕ ਉਹ ਵੀ ਵਿੱਚ ਮਿਕਸ ਕੀਤਾ ਹੋਇਆ ਮਿਕਸ ਕੀਤਾ ਹੋਇਆ ਕਿਉਂਕਿ ਇਹ ਜਿਹੜਾ ਰੈਪ ਹੈਗਾ ਪੀਪੀਐਫ ਦੇ ਵਾਂਗੂ ਲੱਗਦਾ ਸ਼ੈਂਪੂ ਦੀ ਐਪਲੀਕੇਸ਼ਨ ਕਰਕੇ ਫਿਰ ਲੱਗਦਾ ਹੈ ਠੀਕ ਹੈ ਤੇ ਇਹ ਜਿਹੜਾ ਵਾ ਹੁਣ ਮੰਨ ਲਓ ਇਸ ਪਰਲੇ ਬੰਨੇ ਵੀ ਕੀਤਾ ਹੋਇਆ ਸੇਮ ਹਾਂਜੀ ਸੇਮ ਤੇ ਇਹ ਤੁਸੀਂ ਗੱਡੀ ਦੇ ਬਾਈ ਨੇ ਵੈਸੇ ਹੋਰ ਵੀ ਕਾਫੀ ਕੁਝ ਕੀਤਾ ਹੋਇਆ ਤੇ ਇੱਧਰ ਵੀ ਬਾਈ ਨੇ ਅੱਛਾ ਇੱਧਰ ਵੀ ਹੈਗਾ ਹੈ ਨਾ ਸੇਮ ਹਾਂਜੀ ਦੋਨੋਂ ਤਰਫ ਸੇਮ ਪ੍ਰਿੰਟ ਹੁੰਦਾ ਹੈ ਬਿਲਕੁਲ ਸੇਮ ਪ੍ਰਿੰਟ ਹੁੰਦਾ ਠੀਕ ਹੈ ਤੇ ਇਹ ਵੀ ਬਾਈ ਤੁਸੀਂ ਇੱਧਰ ਵੀ ਦੇਖ ਸਕਦੇ ਹੋ ਇੱਧਰ ਵੀ ਹੈਗਾ ਤੇ ਪਿੱਛੋਂ ਵੀ ਬਾਈ ਨੇ ਪ੍ਰੋਪਰ ਮੈਚ ਕੀਤਾ ਹੋਇਆ ਤੇ ਉਹਦੇ 'ਚ ਵੀ ਕੋਈ ਇਸ਼ੂ ਨਹੀਂ ਹੁਣ ਇੱਕ ਗੱਲ ਇੱਥੇ ਕਲੀਅਰ ਕਰਿਓ ਕਿ ਇਹਦੀ ਫਿਰ ਕਿੰਨੀ ਕੁ ਲਾਈਫ ਹੁੰਦੀ ਹੈ ਜਾਂ ਕੀ ਹੁੰਦਾ ਸਰ ਇਹਦੀ ਜਿਹੜੀ ਲਾਈਫ ਹੈਗੀ ਹੈ ਲਗਭਗ 5 ਸਾਲ ਹੈ 5 ਸਾਲ ਤੋਂ ਪਹਿਲਾਂ ਰੈਪ ਕਿੱਧਰ ਨਹੀਂ ਜਾਂਦਾ ਫੇਂਟ ਨਹੀਂ ਹੁੰਦਾ ਜਾਂ ਕੁਝ ਨਹੀਂ ਹੋਊਗਾ ਇਹਦਾ ਕੋਈ ਚੱਕਰ ਨਹੀਂ ਹੈਗਾ ਨਹੀਂ ਰੈਪ 'ਚ ਤੇ ਪੇਂਟ 'ਚ ਕੀ ਫਰਕ ਆ ਤੁਹਾਨੂੰ ਅੱਗੇ ਅੱਗੇ ਅਸੀਂ ਨਾਲ ਗਾਈਡ ਕਰਾਂਗੇ ਤੇ ਕਿਉਂਕਿ ਹਨੇਰਾ ਹੋਈ ਜਾਂਦਾ ਤੇ ਬਹੁਤ ਸੋਹਣਾ ਬਾਈ ਵੈਸੇ ਹੋਇਆ ਉਮੀਦ ਹੈ ਕਿ ਟ੍ਰੈਂਡ ਨਵਾਂ ਆਊਗਾ ਪੰਜਾਬ ਦੇ ਵਿੱਚ ਬਿਲਕੁਲ ਆਉਣ ਵਾਲਾ ਹੈ ਹਨਾ ਆਊਗਾ ਪੱਕੀ ਗੱਲ ਹੈ ਤੇ ਗੱਡੀ ਵੈਸੇ ਇਹਨੂੰ ਬਾਕੀ ਕੁਝ ਨਹੀਂ ਕਰਿਆ ਹਨਾ ਬਾਕੀ ਅਸੀਂ ਇਹਦੇ ਅੰਦਰ GT ਬੋਡੀ ਕਿਟਸ ਪਾਈਆਂ ਹੋਈਆਂ ਨੇ ਅੱਛਾ ਅੱਗੇ ਪਿੱਛੇ ਉਹ ਬੋਡੀ ਕਿਟ ਕਿਹਨੂੰ ਕਹਿੰਦੇ ਹੋ ਤੁਸੀਂ ਜਿਹੜਾ ਥੱਲੇ ਬੰਨੇ ਲਾਉਂਦੇ ਹੋ ਜਿਹੜਾ ਬੰਪਰ ਹੈਗਾ ਠੀਕ ਹੈ ਇਹ ਬੋਡੀ ਕਿਟ ਦਾ ਪਾਰਟ ਹੈ ਠੀਕ ਹੈ ਰੀਅਰ ਬੰਪਰ ਵੀ ਬੋਡੀ ਕਿਟ ਦਾ ਪਾਰਟ ਹੈ ਠੀਕ ਹੈ ਹੈਡ ਲਾਈਟਸ ਚੇਂਜ ਹੈਗੀ ਹੈ ਟੇਲ ਲਾਈਟਸ ਚੇਂਜ ਹੈਗੀ ਹੈ ਵਗੈਰਾ ਵੀ ਚੇਂਜ ਕਰਤੀ ਠੀਕ ਹੈ ਪਲੱਸ ਅਸੀਂ ਐਗਜ਼ੌਸਟ ਦਾ ਵੀ ਕੰਮ ਕਰਦੇ ਹਾਂ ਕੈਰੇਜ ਵੈਲਵਟ੍ਰੋਨਿਕ ਐਗਜ਼ੌਸਟ ਲੱਗਿਆ ਉਹ ਵੀ ਲੱਗਾ ਠੀਕ ਹੈ ਤੇ ਇੱਧਰ ਇਹਨੂੰ ਮੈਟ ਕਰਿਆ ਲੱਗਦਾ ਕੁਝ ਹਾਂਜੀ ਬਾਜੀ ਇਹ ਗੱਡੀ ਵਾਈਟ ਹੈਗੀ ਹੈ ਵੈਸੇ ਠੀਕ ਹੈ ਬਟ ਇਹਨੂੰ ਗਨ ਮੈਟਲ ਗ੍ਰੇ ਮੈਟ ਮੈਟੈਲਿਕ ਰੈਪ ਕੀਤਾ ਹੋਇਆ ਓਕੇ ਇਹ ਵੀ ਬਾਈ ਤੁਸੀਂ ਦੇਖ ਸਕਦੇ ਹੋ ਲਾਈਕ ਇਹ ਅਲੱਗ ਹੀ ਕਰਿਆ ਹੋਇਆ ਵੀ ਮੈਟ ਰੈਪ ਕਰਿਆ ਹੋਇਆ ਤੇ ਇੱਕ ਇਹ ਵੀ ਅਲੱਗ ਚੀਜ਼ ਹੈ ਇਹਨੂੰ ਵੀ ਕਿੱਟ ਵਗੈਰਾ ਬਾਈ ਨੇ
ਪਰ ਇਹ ਗੱਲ ਕੀ ਕਰਦੇ ਆ ਅਸੀਂ ਵੀ ਤੁਸੀਂ ਆਪਣੀ ਮਰਜ਼ੀ ਨਾਲ ਚਲਾ ਸਕਦੇ ਹੋ, ਕੱਲ ਨੂੰ ਤੁਹਾਡੀ ਆਰਸੀ ਚੈੱਕ ਹੋ ਜੇ ਉੱਥੇ ਇਸ਼ੂ ਪੈ ਸਕਦਾ, ਉੱਥੇ ਇਸ਼ੂ ਪਏਗਾ, ਚੱਲੀ ਜਾਵੇ ਤੇ ਚੱਲੀ ਜਾਵੇ, ਕੋਈ ਚੱਕਰ ਨਹੀਂ ਹੈਗਾ, ਠੀਕ ਹੈ। ਇਸ ਕਰਕੇ ਇਹ ਬਾਕੀ ਹਾਂ, ਜੇ ਤੁਸੀਂ ਕਲਰ ਐਕਚੁਅਲ 'ਚ ਚੇਂਜ ਕਰਨਾ ਚਾਹੁੰਦੇ ਹੋ ਗੱਡੀ ਦਾ ਤਾਂ ਆਰਟੀਓ ਕੋਲੋਂ ਤੁਸੀਂ ਪਰਮਿਸ਼ਨ ਲੈ ਸਕਦੇ ਹੋ, ਲੈ ਕੇ ਪਰਮਿਸ਼ਨ ਰੀਜ਼ਨ ਦੇ ਕੇ ਤੁਸੀਂ ਗੱਡੀ ਦਾ ਕਲਰ ਚੇਂਜ ਕਰਵਾ ਕੇ ਆਪਣੀ ਆਰਸੀ 'ਤੇ ਵੀ ਚੇਂਜ ਕਰਵਾ ਸਕਦੇ ਹੋ, ਲੀਗਲ ਆ ਚੀਜ਼ 'ਚ ਕੋਈ ਇਸ਼ੂ ਨਹੀਂ। ਪਰ ਹਾਂ, ਇੱਦਾਂ ਇਹ ਇਲੀਗਲ ਆ, ਠੀਕ ਹੈ। ਇਸ ਕਰਕੇ ਵੀ ਫਰਕ ਹੈਗਾ ਅਤੇ ਬਾਈ ਇਹ ਫਿਰ ਲਾਈਕ ਕਿੰਨਾ ਕੁ ਖਰਚਾ ਆਇਆ ਇਸ ਚੀਜ਼ ਦਾ? ਹਾਂ, ਮੇਜਰ ਚੀਜ਼ ਰਹਿ ਗਈ ਉਹ ਸਵਿਫਟ ਦਾ ਰੈਪ ਕਿੰਨੇ ਕੁ ਦਾ? ਭਾਜੀ ਸਵਿਫਟ ਦਾ ਦੋਨੋਂ ਤਰਫ ਦਾ ਰੈਪ ਜਿਹੜਾ ਹੁੰਦਾ ਉਹ 18,000 ਤੋਂ ਲੈ ਕੇ 22,000 ਤੱਕ ਦਾ ਹੈ ਦੋਵੇਂ ਬੰਨਿਆਂ ਦਾ। ਹਾਂਜੀ। ਤੇ ਕਿੰਨਾ ਟਾਈਮ ਲੱਗਦਾ ਉਹਨੂੰ ਲਾਉਣ ਵਾਸਤੇ? ਭਾਜੀ ਉਹਨੂੰ 5 ਤੋਂ 6 ਘੰਟੇ ਬਸ। ਹਾਂਜੀ, ਠੀਕ ਹੈ। ਤੇ ਇਹਦਾ ਕੀ ਖਰਚਾ ਆਇਆ ਤੇ ਇਹਨੂੰ ਕਿੰਨਾ ਟਾਈਮ ਲੱਗਦਾ? ਫੁੱਲ ਬਾਡੀ ਰੈਪ, ਵੈਸੇ ਅਸੀਂ ਟਰਾਈ ਕਰਦੇ ਹਾਂ ਫੁੱਲ ਬਾਡੀ ਰੈਪ ਨੂੰ ਪੂਰੀ ਗੱਡੀ ਖੋਲ ਕੇ, ਪੂਰੀ ਗੱਡੀ ਦੀ ਫਿਟਿੰਗ ਖੋਲ ਕੇ ਉਹਨੂੰ ਰੈਪ ਕਰਕੇ ਵਾਪਸ ਫਿੱਟ ਕਰਕੇ 2 ਤੋਂ 3 ਦਿਨ ਲੈਂਦੇ ਹਾਂ। ਠੀਕ ਹੈ, ਠੀਕ ਹੈ ਜੀ। ਤੇ ਇਹਦੀ ਜਿਹੜੀ ਕੋਸਟਿੰਗ ਆਈ ਹੈ ਗੱਡੀ ਦੀ ਇਸ ਫਿਨਿਸ਼ ਦੇ ਅੰਦਰ, ਇਹ ਹੈਗੀ 32,000। 32,000, ਠੀਕ ਹੈ। ਇਹਦੀ ਕੋਈ ਗਰੰਟੀ ਵਰੰਟੀ ਵੀ ਹੁੰਦੀ ਹੈ ਰੈਪਸ ਦੀ? ਭਾਜੀ ਮੈਂ ਆਪਣੀ ਤਰਫੋਂ ਇੱਕ 1 ਈਅਰ ਦੀ ਵਾਰੰਟੀ ਦਿੰਦਾ। ਠੀਕ ਹੈ, ਰੈਪ ਖੁੱਲ ਜਾਏ ਕੁਛ ਵੀ ਹੋ ਜਾਏ ਮੇਰੀ ਗਾਰੰਟੀ ਹੈ, ਬਟ ਰੈਪ ਕਦੀ ਵੀ ਫੇਡ ਨਹੀਂ ਹੁੰਦਾ। ਠੀਕ ਹੈ, ਐਟਲੀਸਟ 5 ਸਾਲ ਤੋਂ ਪਹਿਲੇ ਤਾਂ ਨਹੀਂ ਹੋਏਗਾ, ਕੰਮ ਨਹੀਂ ਛੱਡੂਗਾ ਤੇ ਉਦਾਂ ਨਹੀਂ ਕੁਛ ਨਹੀਂ। ਔਰ ਸਭ ਤੋਂ ਬੈਸਟ ਪਾਰਟ ਹੈਗਾ ਜਿਹੜੇ ਅਸੀਂ ਰੈਪਸ ਯੂਜ਼ ਕਰ ਰਹੇ ਹਾਂ, ਚਾਹੇ ਉਹ ਪ੍ਰਿੰਟਡ ਰੈਪ ਹੋਏ ਚਾਹੇ ਨੋਰਮਲ ਰੈਪ ਹੋਏ, ਸਾਰੇ ਐਵਰੀ ਡੈਨਿਸਨ ਦੇ ਰੈਪ ਹੈ, ਬ੍ਰਾਂਡਡ ਰੈਪਸ ਹੁੰਦੇ ਆ। ਕੱਲ ਨੂੰ ਅਗਰ ਅਸੀਂ ਇਹਨਾਂ ਨੂੰ ਪੀਲ ਆਫ ਵੀ ਕਰਾਂਗੇ, ਅਗਰ ਸਾਡੀ ਗੱਡੀ ਦਾ ਪੇਂਟ OEM ਹੈ ਜਿਹਦੇ ਉੱਤੇ ਅਸੀਂ ਰੈਪ ਕਰਵਾਇਆ, ਤੇ OEM ਪੇਂਟ ਨੂੰ ਖਰਾਬ ਬਿਲਕੁਲ ਨਹੀਂ ਕਰੇਗਾ। ਅਗਰ ਬਾਹਰੋਂ ਪੇਂਟ ਹੋਇਆ ਹੋਇਆ ਔਰ ਉਸ ਗੱਡੀ ਦਾ ਪੇਂਟ ਦਾ ਬੇਸ ਠੀਕ ਨਹੀਂ ਹੈਗਾ ਤੇ ਅਸੀਂ ਉਹਦੀ ਗਾਰੰਟੀ ਨਹੀਂ ਲੈਂਦੇ, ਨਹੀਂ ਲੈਂਦੇ। ਠੀਕ ਹੈ, ਤੇ ਇਹ ਗੱਡੀ ਇਹਨੂੰ ਕੀ ਇਹਨੂੰ ਕਾਫੀ ਕੁਝ ਕਰਿਆ ਲੱਗਦਾ? ਭਾਜੀ ਇਹਦੇ 'ਚ ਬਹੁਤ ਕੁਝ ਹੋਇਆ ਹੋਇਆ, ਹੈਲੀ ਲਿਸਟ ਬਹੁਤ ਲੰਬੀ ਹੈ। ਇਹਨੂੰ ਵੈਸੇ ਇਹ ਰੈਪ ਕਿਹੜਾ ਕਰਿਆ ਫਿਰ? ਇਹ ਹੈਗਾ ਮੈਡ ਮਟੈਲਿਕ ਨਾਈਟ ਬਲੂ। ਇਹ ਵੀ ਤੁਸੀਂ ਦੇਖ ਸਕਦੇ ਹੋ ਬਾਈ, ਥੋੜ੍ਹਾ ਹਨੇਰਾ ਹੋ ਰਿਹਾ ਪਰ ਲਾਈਕ ਬਹੁਤ ਸੋਹਣੀ ਹੈ। ਬਾਈ ਦੇ ਇੰਸਟਾਗ੍ਰਾਮ 'ਤੇ ਜਾ ਕੇ ਤੁਸੀਂ ਪੇਜ 'ਤੇ ਦੇਖ ਲਿਓ, ਬਹੁਤ ਹੀ ਸੋਹਣਾ। ਇਹ ਥੋੜ੍ਹਾ ਜਿਹਾ ਲਾਈਕ ਸ਼ਾਈਨੀ ਜਿਹਾ ਹੈ, ਹੈ ਨਾ, ਡੱਲ ਜਿਹਾ। ਇਹ ਜਿਹੜਾ ਇਹ ਦੋਨੋਂ ਜਿਹੜੇ ਰੈਪਸ ਹੈਗੇ ਆ, ਹਾਂ, ਇਹ ਬੇਸਿਕਲੀ ਸੈਟਿਨ ਫਿਨਿਸ਼ ਦੇ ਅੰਦਰ ਹੈਗੇ, ਕਿਉਂਕਿ ਇਹਦੇ ਅੰਦਰ ਦੇ ਪਰਲਸ ਹੈਗੇ ਆ। ਠੀਕ ਹੈ, ਅਗਰ ਪਰਲ ਹੋਏਗਾ ਰੈਪ ਦੇ ਅੰਦਰ ਤੇ ਉਹ ਹਲਕਾ ਜਿਹਾ ਸ਼ੀਨ ਕਰੇਗਾ, ਸ਼ੀਨ ਕਰੇਗਾ। ਓਕੇ, ਜਿਵੇਂ ਇਹ ਹੁਣ ਗਲੋਸੀ ਰੈਪ ਹੈ, ਹਾਂ, ਇਹ ਬਹੁਤ ਜ਼ਿਆਦਾ ਸ਼ਾਈਨ ਕਰਦਾ ਪੇਂਟ ਵਾਂਗੂ, ਹਾਂ, ਤੇ ਇਹ ਥੋੜਾ ਡਲਨੈਸ ਦੀ ਤਰਫ ਰਹਿੰਦਾ ਕਰਦਾ। ਇਹਦੇ ਅਲੋਇਜ਼ ਨੂੰ ਕੀ ਕਰਿਆ ਭਾਜੀ? ਇਹ ਅਲੋਇਜ਼ ਜਿਹੜੇ ਹੈਗੇ ਆ ਇਹਨਾਂ ਨੂੰ ਅਸੀਂ ਪੇਂਟ ਜੋ ਪੀਤਾ ਬਲੈਕ ਦੇ ਅੰਦਰ, ਗਲੋਸੀ ਬਲੈਕ। ਠੀਕ ਹੈ, ਪਲੱਸ ਉੱਪਰ ਜਿਹੜਾ ਤੁਸੀਂ ਇਹ ਦੇਖ ਰਹੇ ਹੋ ਇਹਨੂੰ ਸਪਿਲ ਡਿਜ਼ਾਈਨ ਬੋਲਦੇ ਆ, ਇਹ ਮੈਂ ਪਹਿਲੀ ਵਾਰੀ ਦੇਖ ਰਿਹਾ ਮੈਂ। ਹਾਂਜੀ, ਇਹਨੂੰ ਕੀ ਕਰਨਾ ਹੁੰਦਾ, ਜਿਵੇਂ ਰੈਂਡਮਲੀ ਅਲੋਇ ਪੇਂਟ ਕਰਕੇ ਨੀਚੇ ਛੱਡਤੇ ਤੇ ਉੱਪਰੋਂ ਪੇਂਟ ਸੁੱਟਦੇ ਹਾਂ ਅਸੀਂ ਰੈਂਡਮਲੀ, ਜਿਹਦੇ ਜਿੰਨਾ ਲੋਇ ਤੇ ਪੇਂਟ ਪੈ ਗਿਆ ਪੈ ਗਿਆ, ਉਹਨਾਂ ਹੀ, ਮਤਲਬ ਇੱਕ ਹੀ ਬਣਦਾ ਇੱਕ ਹਿਸਾਬ ਦਾ। ਹਾਂਜੀ, ਇੱਕ ਹਿਸਾਬ ਦਾ ਨਹੀਂ, ਅਲੱਗ ਅਲੱਗ ਰਹੇਗਾ ਸਾਰੇ ਲੋਇਸ ਤੇ। ਕਿਤੇ ਕੀ ਖਰਚਾ ਰਹਿੰਦਾ ਇਹਦਾ? ਭਾਜੀ ਇਹਨੂੰ ਪੇਂਟ ਕਰਨ ਦਾ ਖਰਚਾ ਹੈਗਾ ਹੈ 10,000, ਡਿਪੈਂਡਿੰਗ ਔਨ ਟਾਇਰ ਦਾ, ਅਲੋਇ ਦਾ ਸਾਈਜ਼ ਕੀ ਹੈ, ਅਲੋਇ ਦੇ ਅੰਦਰ ਸਪੋਕਸ ਕਿੰਨੀ ਔਰ ਸਾਨੂੰ ਕਿੰਨਾ ਇੰਟੈਂਸਿਵ ਲੇਬਰ ਜੋਬ ਕਰਨਾ ਪੈ ਰਿਹਾ। ਠੀਕ ਹੈ ਬਾਈ, ਇਹ ਵੀ ਹੈ, ਬਾਕੀ ਇਹਨੂੰ ਵੀ ਬਾਈ ਨੇ ਕਿਟਸ ਵਗੈਰਾ ਚੇਂਜ ਕੀਤੀਆਂ, ਬਾਈ ਦਾ ਇੰਸਟਾਗ੍ਰਾਮ ਜ਼ਰੂਰ ਵਿਜ਼ਿਟ ਕਰਿਓ ਕਿਉਂਕਿ ਅੱਜ ਅਸੀਂ ਸਪੈਸ਼ਲ ਰੈਪਸ ਦਾ ਹੀ ਬਣਾ ਰਹੇ ਹਾਂ। ਇਹ ਗੱਡੀਆਂ ਤੁਹਾਨੂੰ ਤਿੰਨਾਂ ਦਾ, ਇਹਦਾ ਵੀ ਸੇਮ ਕੋਸਟਿੰਗ ਆਈਡੀਆ? ਹਾਂਜੀ ਭਾਜੀ, ਆਲਮੋਸਟ ਸੇਮ ਕੋਸਟਿੰਗ ਰਹਿੰਦੀ ਹੈ ਰੈਪ ਦੀ। ਠੀਕ ਹੈ, ਬਾਕੀ ਜਿਹੜੇ ਰੈਪਸ ਜਿਵੇਂ ਤੁਸੀਂ ਕੈਮਿਲੀਅਨ ਰੈਪ ਹੁੰਦਾ ਜਿਹੜਾ ਅੱਜ ਕੱਲ੍ਹ ਬਹੁਤ ਜ਼ਿਆਦਾ ਟ੍ਰੈਂਡਿੰਗ ਹੈ, ਕਲਰ ਚੇਂਜ ਕਰਦਾ ਐਂਗਲ ਦੇ ਹਿਸਾਬ ਨਾਲ, ਉਹ ਥੋੜ੍ਹਾ ਜਿਹਾ ਐਕਸਪੈਂਸਿਵ ਪੈਂਦਾ। ਉਹ ਕਿੰਨੇ ਦਾ ਪੈਂਦਾ ਭਾਜੀ? ਉਹ ਜਿਹੜਾ ਰੈਪ ਹੋਏਗਾ ਛੋਟੀ ਗੱਡੀ ਵਾਸਤੇ 40,000 ਕੋਸਟ ਕਰਦਾ, ਸਟਾਰਟਿੰਗ ਸ਼ੁਰੂ ਹੋ ਜਾਂਦੀ ਹੈ। ਠੀਕ ਹੈ, ਤੇ ਇੱਧਰ ਹੁਣ ਤੁਸੀਂ ਦੇਖਣਾ ਕਿ ਇਹਦੇ ਵਾਈਟ ਜਾਂ ਮਰਸੀਡੀਜ਼ ਵੀ, ਇਹਨੂੰ ਕੀ ਖਾਸ ਹੈ? ਫੁੱਲੀ ਲੀਗਲ ਗੱਡੀ ਹੈ, ਫੁੱਲੀ ਲੀਗਲ ਹੈ, ਨਾਲੇ ਇਹ 'ਚ ਕੋਈ ਇਸ਼ੂ ਨਹੀਂ ਹੈਗਾ। ਪਰ ਇਹ ਵੀ ਬੜੀ ਖਾਸ ਹੈ, ਖਾਸ ਕੀ ਹੈ ਬਾਈ ਤੁਸੀਂ ਆਪ ਹੀ ਦੱਸ ਦਿਓ। ਭਾਜੀ ਸਭ ਤੋਂ ਪਹਿਲੇ ਤਾਂ ਇਹ ਸੈਟਿਨ ਵਾਈਟ ਰੈਪਡ ਹੈ। ਠੀਕ ਹੈ, ਪਲੱਸ ਇਹਦੇ ਪ੍ਰੀਵੀਅਸਲੀ ਜਿਹੜੇ ਓਨਰ ਸੀ ਉਹ ਸੀ ਸਲਮਾਨ ਖਾਨ। ਕਿਆ ਹੀ ਬਾਤ ਹੈ, ਸਲਮਾਨ ਖਾਨ ਦੀ ਗੱਡੀ ਜਿਹੜੀ ਹੈ ਵੇਖ ਕੇ ਇੱਥੇ ਆ ਗਈ, ਹੈ ਨਾ। ਹਾਂਜੀ, ਠੀਕ ਹੈ। ਇਹ ਵੀ ਬਾਈ ਤੁਸੀਂ ਦੇਖ ਸਕਦੇ ਹੋ ਲਾਈਕ ਇਹ ਰੈਪ ਹੈ। ਹੁਣ ਤੁਹਾਨੂੰ ਇੱਥੇ ਇੱਕ ਕਨਫਿਊਜ਼ਨ ਹੋਣੀ ਹੈ, ਕਨਫਿਊਜ਼ਨ ਕੀ ਹੋਣੀ ਹੈ ਕਿ ਇਹਦੇ 'ਤੇ ਮੈਟ PPF ਵੀ ਕੀਤੀ ਜਾ ਸਕਦੀ ਸੀ, ਮੈਟ ਰੈਪ ਕਿਉਂ ਕੀਤਾ? ਠੀਕ ਹੈ, ਅਤੇ ਪੇਂਟ ਕਿਉਂ ਨਹੀਂ ਕੀਤੀ? ਇਹ ਤਿੰਨੇ ਆਪਸ਼ਨਾਂ ਇੱਥੇ ਕਲੀਅਰ ਕਰ ਦਿਓ। ਠੀਕ ਹੈ ਭਾਜੀ, ਜਿਹੜੀ ਰੈਪਿੰਗ ਦੀ ਆਪਸ਼ਨ ਹੈ ਉਹ ਸਭ ਤੋਂ ਚੀਪ ਪੈਂਦੀ ਹੈ, ਉਸ ਤੋਂ ਉੱਤੇ ਆਉਂਦੀ ਹੈ ਪੇਂਟ ਦੀ ਆਪਸ਼ਨ, ਫਿਰ ਪੇਂਟ ਤੋਂ ਬਾਅਦ ਆਉਂਦੀ ਹੈ PPF ਦੀ ਆਪਸ਼ਨ। ਅਗਰ ਤੁਸੀਂ ਕੋਈ ਵੀ ਇੰਨੀ ਮਹਿੰਗੀ ਗੱਡੀ ਲੈ ਕੇ ਆ ਰਹੇ ਹੋ, ਕੋਈ ਵੀ ਬੰਦਾ ਇਹਦੇ 'ਤੇ ਸਸਤਾ PPF ਕਰਾਉਣਾ ਨਹੀਂ ਚਾਹੇਗਾ। ਪਲੱਸ ਵਾਈਟ ਗੱਡੀ ਦੇ ਉੱਤੇ PPF ਕਰਨਾ ਮੇਰੇ ਹਿਸਾਬ ਨਾਲ ਠੀਕ ਨਹੀਂ, ਕਿਉਂਕਿ ਉਹ ਹਲਕਾ ਫੁਲਕਾ ਪੀਲਾ ਪੈਂਦਾ ਹੀ ਪੈਂਦਾ ਹੈ। ਅਗਰ ਤੁਸੀਂ ਬਹੁਤ ਹੀ ਅੱਛਾ ਕੋਈ PPF ਕਰ ਰਹੇ ਹੋ ਤਾਂ ਜਾ ਕੇ ਉਹਦੀ ਜਿਹੜੀ ਲਾਈਫ ਹੈ ਉਹ ਅੱਛੀ ਰਹਿੰਦੀ ਹੈ। ਠੀਕ ਹੈ, ਬਟ ਅਗਰ ਚੀਪ ਕਰਾਂਗੇ ਤੇ ਹਲਕਾ ਫੁਲਕਾ ਪੀਲਾ ਪਏਗਾ। ਜੇ ਮੰਨ ਲਓ ਕਿਸੇ ਨੇ ਮਸਟੜੀ ਪੇਂਟ ਕਰਨੀ ਹੈ ਇਹੀ ਸੇਮ, ਤੇ ਪੇਂਟ ਦਾ ਕੀ ਖਰਚਾ ਆਉਂਦਾ, ਰੈਪ ਦਾ ਕੀ ਖਰਚਾ ਆਉਂਦਾ, ਤੇ PPF ਦਾ ਕੀ ਖਰਚਾ ਆਉਂਦਾ? ਭਾਜੀ ਪੇਂਟ ਦੇ ਅੰਦਰ ਸਾਡੇ ਕੋਲ 3 ਕੁਆਲਿਟੀਜ਼ ਹੈ, ਨਿਪੋਨ, ਡੁਕਸੋਨ, ਕਰੋਮੈਕਸ। ਅਗਰ ਇਸ ਗੱਡੀ ਦੀ ਮੈਂ ਗੱਲ ਕਰਾਂ, ਇਸ ਗੱਡੀ ਨੂੰ ਅਗਰ ਮੈਂ ਪੇਂਟ ਕਰਦਾ
अगर ओदी गल करां ते ओदी कॉस्टिंग इस गड्डी दे उत्ते आएगी लगभग 85,000 एंड क्रोमैक्स दा करांगा ते लगभग 1,25,000 दे आसपास आ जाएगी। ठीक है, अगर एदे ते रैप करदे आ रैप दी कॉस्टिंग एते 55,000 हैगी है। ठीक है, किन्ना फर्क आ गया पेंट दा ओदा मतलब? बेसिक पेंट जॉब और रैप दे अंदर सिर्फ 10,000 दा फर्क रह जाएगा, लेकिन असी तू लेकिन अगर तुसी बिल्कुल टॉप नॉच क्वालिटी दे नाल पेंट दा कंपैरिजन करो फिर बहुत ज्यादा फर्क आ जाएगा। मैट जे कह लो कि इहनू इहने पीपीएफ ही मैट कर लेनी होवे फिर? हां जी, मैट पीपीएफ इस गड्डी दे उत्ते अप्रोक्सीमेटली 85,000 ओह महंगी पैंदी थोड़ी जी। हाँ जी, इस करके भाई थोड़ा कंपैरिजन दसदा है भी काफ़ी सोहना होया तो सारा होया कोई इशू नहीं हैगी। एक गल इहदे नाल ही क्लीयर करियो भी फट फुट जाए तो फिर यह सिंगल पीस च लग्या होंदा? यह सारा सिंगल पीस होंदा, पर पैनल सिंगल पीस होंदा। ठीक है, ठीक है। सब तो वड्डा बेनीफिट रैप कराने का मेरे हिसाब नाल हैगा है, जिवें कल नूं बोनट ते कोई स्क्रैच मार गया सेम डे ठीक हो जाएगा, सेम डे ठीक हो जाएगा। ठीक है, ये चीज़ हैगी है। बाकी भाई शौक का मुल कोई नहीं, काफ़ी सोहनी हुई है, रूफ है, रूफ है, ब्लैक है, तो ये सारे तुसी देख सकते हो, तो मतलब सोहनी लग रही है काफ़ी, ये मैट की लुक दे विच हैगी है। ये अंदर असी होर चीज़ा की वो भी दस दिना। ठीक है, ये अलॉयज पेंटेड है, ग्लॉस ब्लैक। ओके, सारे जेडे एम्बलम्स है ग्लॉस ब्लैक पेंटेड है, अगे वेंट्स ग्लॉस ब्लैक पेंटेड है। ये भाई तुसी देख ही सकते हो, तो चलो ये छोटी छोटी चीज़ा ने तुसी करा सकते हो। हाँ, चलो असी कॉम्प्लीमेंट्री करके देंगे, जो साडे कोल गड्डी आती है तो असी प्लान आउट करते हैं कि असी इस गड्डी नूं होर किवें अच्छा बना सकते। अच्छा, तो ये की करे भाजी? यह जी गड्डी है 2011 मॉडल हैगी है। ठीक है, इनू 2021 के अंदर कन्वर्ट किया सारा, कन्वर्ट किया। हाँ जी, इन्हू पेंट किया कि इन्हू रैप रैप? अच्छा, रैप ही कीतियां ने सारियां। अज ये किहड़ा रैप है? ये तो शाइनी पेंट करके लगी जाता है भाजी। यह जिहड़ा रैप है पैशन रैड रैप कहिंदे नूं, इहदा नाम पैशन रैड हैगा। ठीक है, ठीक है जी। ते फुल कार ग्लॉसी दे अंदर रैप्ड है, प्लस रूफ जेड़ा हैगा वो असी ग्लॉस ब्लैक कीता चो कीता है। ते एक गल मैनू इत्थे क्लीयर करियो, जे इहदे ते मान लो इहनू ध्यान भी रखना पऊगा, कपड़ा नहीं मारना जां धोणी किद्दां है भाजी? ग्लॉसी दे अंदर ना थोड़ा जिहा ध्यान रखना पैंदा, क्योंकि ग्लॉसी हमेशा उवें रिएक्ट करेगा जिवें साडा पेंट जॉब रिएक्ट करदा है। ठीक है, ते अगर इत्थे मिट्टी पई हुई है जां कुछ भी हैगा है, ते डायरेक्ट कपड़ा मारोगे ते स्वोल मार्क्स और स्क्रैचेस आणगे आणगे। ओके, बट अगर इही चीज़ मैट फिनिश दे अंदर हैगी है, सैटिन फिनिश दे अंदर हैगी है, कोई प्रॉब्लम फिर कोई इशू नहीं हैगा। तो होर भी कोई गड्डी हैगी है उन्होंने भी कुछ किया लगता है? भी रैप्ड हैगी है गड्डी। ठीक है, ये भाई तुसी देखो इहदा ते मैट इहदा रैप फटिया भी लगता मैनूं। हाँ जी, अच्छा ये वाइट कलर दी सीगी। हाँ जी, ये चिट्टे रंग की गड्डी है, हुण जिवें इहदा रैप फट गया है, इहदा फट गया हाँ, ते असी चाहिए ते इहनूं 2-3 घंटे के अंदर दोबारा रैप कर सकते हैं। ठीक है, ते सेम डे गड्डी रैप हो जाती है, अगर किसी नूं कोई भी प्रॉब्लम आती है रैप के अंदर सेम डे गड्डी हो जाती है। ये ब्लैक मैट रैप कीता है, ब्लैक ते भाई ये जिप्सी की करे आया भाजी? ये ओरेंज रैप है ग्लॉसी फिनिश के अंदर। हम जिम्मे असी डिस्कशन कर रहे थे कि प्रिंटेड रैप और स्टिकरिंग के अंदर की फर्क है, तो यह सारी स्टिकरिंग हुई हुई है। ओके, इनू स्टिकरिंग कहते हैं, वो प्रिंटेड रैप है। हम जिम्मे अगर असी इनू फील करांगे, दो चीज़ा सानू अलग अलग नजर आ रही है, फील हो रही है, वो सिंगल प्रिंट है, वो सिंगल प्रिंट है। हाँ जी, तो यह सोशल सात वाले का करा? हाँ जी भाजी, ए वैसे सजोबा रैली की गड्डी हैगी है। ठीक है, ਇਹ ਸਪੋਂਸਰਡ ਹੈਗੀ ਹੈ ਗੱਡੀ ਬਾਏ ਸੋਸ਼ਲ, ਅਤੇ ਇਹਨੂੰ ਅਸੀਂ ਕੀਤਾ, ਅਸੀਂ ਕੀਤਾ। ਠੀਕ ਹੈ, ਇਸ ਕਰਕੇ ਬਾਈ ਥੱਲੇ ਰੈਪ ਕਰਕੇ ਉੱਪਰ ਸਟਿੱਕਰ ਲਾ ਲੈਣੇ। ਇਹਨੂੰ ਪ੍ਰਿੰਟ ਕਿਉਂ ਨਹੀਂ ਕਰਾਇਆ ਉਹਨਾਂ ਨੇ ਵੈਸੇ ਉੱਦਾਂ? ਭਾਅ ਜੀ, ਜੇ ਪ੍ਰਿੰਟ ਕਰਾਉਣ ਦੇ ਕੋਸਟ ਬਹੁਤ ਉੱਪਰ ਚਲੇ ਜਾਣੇ, ਕੋਸਟ ਚੱਲ ਜਾਣੀ। ਹਾਂਜੀ, ਠੀਕ ਹੈ, ਇਸ ਕਰਕੇ ਬਾਈ ਇਹ ਵੀ ਚੀਜ਼ ਹੈਗੀ ਹੈ। ਭਾਅ ਜੀ, ਇਹ ਸਵੈਚ ਕਾਰਡ ਹੈਗੇ ਹੈ। ਓਕੇ, ਇਹ ਰੈਪਸ ਦਾ ਸਵੈਚ ਕਾਰਡ ਹੈ, ਐਵਰੀ ਡਨਿਸਨ ਦਾ, ਇਹ ਜੀ ਐਸ ਡਬਲਿਊ ਐਫ ਦੀ ਪੀ ਪੀ ਐਫ ਹੈਗੀ। ਦਿਖਾਓ ਇਹ ਕੀ ਹੈ, ਮਤਲਬ ਖੋਲ ਕੇ ਦਿਖਾਓ ਭਾਅ ਜੀ। ਇਹ ਜਿਹੜੇ ਆਪਾਂ ਪੀ ਪੀ ਐਫ ਦੀ ਗੱਲ ਕਰ ਰਹੇ ਸੀ ਉਹ ਹੈਗੀ ਹੈ। ਹੁਣ ਇਸ ਪੀ ਪੀ ਐਫ ਦੇ ਅੰਦਰ ਗਲੋਸੀ ਸੈਟਿਨ ਮੈਟ ਫਿਨਿਸ਼, ਜਿਵੇਂ ਦਾ ਤੁਸੀਂ ਫਿਨਿਸ਼ ਚਾਹੋਗੇ ਸਾਰਾ ਮਿਲ ਜਾਏਗਾ। ਉਹਨੇ ਸੈਟਿਨ ਫਿਨਿਸ਼ ਹੈਗੀ ਹੈ। ਠੀਕ ਹੈ, ਇਹ ਗਲੋਸ ਹੈ, ਇਹ ਮੈਟ ਹੈਗੀ ਹੈ ਬਿਲਕੁਲ। ਠੀਕ ਹੈ, ਉਸ ਤੋਂ ਬਾਅਦ ਇਹ ਹਲਕੀ ਜੀ ਬਲੂ ਟਿੰਟਡ ਹੈਗੀ ਹੈ। ਠੀਕ ਹੈ, ਇਸ ਤੋਂ ਬਾਅਦ ਜਿਵੇਂ ਕਈ ਗੱਡੀਆਂ ਸੋਲਿਡ ਕਲਰਸ ਦੇ ਅੰਦਰ ਆਉਂਦੀਆਂ ਨੇ ਜਿਵੇਂ ਵਾਈਟ, ਬਲੈਕ, ਅਤੇ ਉਹਦੇ ਅੰਦਰ ਇਹ ਵਾਲਾ ਪੀ ਪੀ ਐਫ ਕਰਾ ਕੇ ਅਸੀਂ ਆਪਣੀ ਗੱਡੀ 'ਤੇ ਪੋਲਸ ਐਡ ਕਰ ਸਕਦੇ ਹਾਂ, ਅਤੇ ਇਹਨੂੰ ਡਾਇਮੰਡ ਪੀ ਪੀ ਐਫ ਬੋਲ। ਠੀਕ ਹੈ, ਇਹ ਕਿੰਨੀ ਕੁ ਕੋਸਟ ਕਰਦੀਆਂ ਨੇ ਫਿਰ ਇਹਦੀ ਗਰੰਟੀ ਵਰੰਟੀ ਕੋਈ? ਭਾਜੀ, ਮਿਨੀਮਮ ਕੋਸਟਿੰਗ ਐਸ ਪੀ ਪੀ ਐਫ ਦੀ ਛੋਟੀ ਗੱਡੀ ਦੇ ਉੱਤੇ 1.5 ਲੱਖ ਹੈਗੀ ਹੈ। ਜੀ ਐਸ ਡਬਲਿਊ ਐਫ ਦੀ 7 ਈਅਰਸ ਦੀ ਵਾਰੰਟੀ ਹੈ ਬਾਏ ਕੰਪਨੀ ਕੋਈ। ਅੱਛਾ, ਮਤਲਬ ਆਰਾਮ ਨਾਲ। ਅਤੇ ਇਹ ਕੀ ਦੂਜਾ? ਭਾਅ ਜੀ, ਇਹ ਜਿਹੜਾ ਅਸੀਂ ਅੱਜ ਪੂਰਾ ਕਵਰ ਕੀਤਾ ਇਹ ਉਹ ਚੀਜ਼ਾਂ ਨੇ, ਰੈਪਸ ਨੇ, ਇਹ ਸਾਰੇ ਰੈਪ ਦੇ ਸ਼ੇਡਸ ਨੇ ਜਿੰਨੇ ਵੀ ਅਵੇਲੇਬਲ ਹੈ। ਹੁਣ ਕਈ ਲੋਕ ਕਰੋਮ ਦੇ ਬੜੇ ਸ਼ੌਕੀਨ ਹੁੰਦੇ ਆ, ਅਤੇ ਇਹ ਕਰੋਮ ਰੈਪ ਗੋਲਡ ਵੀ ਹੈਗਾ, ਗੋਲਡ ਵੀ ਹੈਗਾ, ਸਿਲਵਰ ਕਰੋਮ ਵੀ ਹੈਗਾ, ਇਹ ਬਲੈਕ ਕਰੋਮ ਹੈਗਾ, ਮਤਲਬ
ਦਿਨੇ ਜਿਹੜਾ ਹੈਗਾ ਕਰੋਮ ਜਿਹਾ ਲੱਗੇਗਾ, ਰਾਤ ਨੂੰ ਬਲੈਕ ਲੱਗੇਗਾ। ਮਤਲਬ ਆ ਕੇ ਤੁਹਾਡੇ ਕੋਲ ਇਹ ਚੀਜ਼ਾਂ ਡਿਸਾਈਡ ਕਰ ਸਕਦੇ ਹੋ ਕਿ ਇਹਨੂੰ ਕੀ ਚਾਹੀਦਾ ਹੈ ਨਾ। ਇਹ ਵਾਲੀ ਚੀਜ਼ ਆ ਅੱਜਕੱਲ ਬਹੁਤ ਜ਼ਿਆਦਾ ਇੰਨੇ, ਇਹਨੂੰ ਕੈਮਲੀਓਨ ਰੈਪ ਬੋਲਦੇ ਆ। ਇਹ ਹਰ ਐਂਗਲ ਤੋਂ ਆਪਣਾ ਕਲਰ ਚੇਂਜ ਕਰਦਾ। ਓਕੇ ਹਾਂ, ਸ਼ੇਡਿਡ ਆ ਗਏ। ਹਾਂਜੀ ਇਹ ਹੈਗੇ ਆ, ਬਾਕੀ ਸਟੈਂਡਰਡ ਸਟੈਟਿਕ ਕਲਰਸ ਹੈ ਸਾਰੇ ਆ ਜਾਂਦਾ। ਤੇ ਉਮੀਦ ਹੈ ਕਿ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਊਗਾ। ਤੇ ਬਾਈ ਕੁਝ ਕਹਿਣਾ ਚਾਹੁੰਦੇ ਹੋ ਵਿਊਜ਼ ਨੂੰ ਰੈਪਸ ਬਾਰੇ ਜਾਂ ਕਿਸੇ ਹੋਰ ਚੀਜ਼ ਬਾਰੇ? ਰੈਪਸ ਬਾਰੇ ਸਾਰਾ ਕੁਝ ਅਸੀਂ ਦੱਸ ਹੀ ਦਿੱਤਾ ਹੈ, ਬਾਕੀ ਸ਼ੇਡਸ ਅਵੇਲੇਬਲ ਬਹੁਤ ਸਾਰੇ ਹੈ। ਅਸੀਂ ਤਾਂ ਇਹੀ ਕਹਾਂਗੇ ਅਗਰ ਕਿਸੇ ਦੀ ਗੱਡੀ ਹੈਗੀ ਹੈ, ਸਪੋਜ਼ ਵਾਈਟ ਹੈਗੀ ਹੈ, ਤਾਂ ਸੈਟਿਨ ਕਰੋ, ਸੈਟਿਨ ਵਾਈਟ ਕਰੋ, ਇਲੀਗਲ ਨਾ ਕਰੋ, ਬਾਕੀ ਚੋਇਸ ਹੈ। ਬਾਕੀ ਚੋਇਸ ਹੈ ਅਤੇ ਬਾਕੀ ਕੋਈ ਇਸ਼ੂ ਨਹੀਂ ਹੈਗਾ, ਸਭ ਕੁਝ ਬਾਈ ਕਰਦਾ, ਤੁਹਾਡੀ ਮਰਜ਼ੀ ਨਾਲ ਹੁੰਦਾ, ਸਾਡਾ ਇਹ 'ਚ ਰੋਲ ਕੋਈ ਨਹੀਂ। ਆਪਣੀ ਮਰਜ਼ੀ ਨਾਲ ਆਓ, ਕੰਮ ਕਰਾਓ, ਕੋਈ ਇਸ਼ੂ ਨਹੀਂ ਹੈਗਾ। ਜਸਟ ਸਾਡਾ ਕੰਮ ਸੀ ਤੁਹਾਨੂੰ ਇਨਫੋਰਮੇਸ਼ਨ ਦੇਣਾ, ਉਹ ਅਸੀਂ ਦੇ ਦਿੱਤੀ ਹੋਈ ਹੈ। ਅਤੇ ਉਮੀਦ ਹੈ ਕਿ ਜੇ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰ ਦਿਓ, ਚੈਨਲ ਫੋਲੋ ਕਰ ਲਿਓ ਇੱਦਾਂ ਦੇ ਹੋਰ ਅਪਡੇਟਸ ਵਾਸਤੇ। ਅਤੇ ਬਾਈ ਨੂੰ ਫੋਲੋ ਕਰ ਲੈਣਾ ਇੰਸਟਾਗ੍ਰਾਮ 'ਤੇ ਅਤੇ ਯੂਟਿਊਬ ਦੇ ਉੱਤੇ ਡੇਲੀ ਅਪਡੇਟਸ ਲਈ ਵੀ ਕੀ ਕਰਦੇ ਨੇ। ਅਤੇ ਮੈਨੂੰ ਤੁਸੀਂ ਇੰਸਟਾਗ੍ਰਾਮ ਸਨੈਪਚੈਟ 'ਤੇ ਵੀ ਫੋਲੋ ਕਰ ਸਕਦੇ ਹੋ ਡੇਲੀ ਅਪਡੇਟ 'ਤੇ। ਮਿਲਦੇ ਹਾਂ ਇੱਦਾਂ ਨਵੇਂ ਵਲੌਗਸ ਲੈ ਕੇ ਹੋਰ। ਬਾਏ, ਟੇਕ ਕੇਅਰ।